ਪੰਜਾਬੀ ਦੇ ਸਮਰਥਕ ਨੇ ਜਿਹੜੇ ਇੱਥੋਂ ਸਿਸਟਮ ਨੇ ਕੱਢੇ ਹੋਏ ਨੇ ਇਹ ਇਹ ਪੰਮੀ ਬਾਈ ਦਾ ਕਿਹੜਾ ਸਟੈਂਡ ਹੋ ਗਿਆ? ਮੈਂ ਕੈਪਟਨ ਅਮਰਿੰਦਰ ਨਾਲ ਵੀ ਹਾਂ, ਗੁਲਪਨਾਗ ਨਾਲ ਵੀ ਹਾਂ, ਢੀਂਡਸੇ ਨਾਲ ਵੀ ਹਾਂ। ਸੋ ਇੱਕ ਵਾਰ ਇੱਕ ਇੱਕ ਪਾਸਾ ਰੱਖੋ ਪੰਮੀ ਬਾਈ ਜੀ, ਤੁਸੀਂ ਪੰਜਾਬ ਨੂੰ ਉਜਾੜਨ ਵਾਲੇ ਦਾ ਸਾਥ ਦੇ ਰਹੇ ਹੋ। ਤੁਸੀਂ ਕਹਿੰਦੇ ਹੋ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ, ਪੰਜਾਬ ਚ ਕਿਸੇ ਦਾ ਜੀ ਨਹੀਂ ਰਹਿਣ ਨੂੰ ਕਰਦਾ। ਤੁਸੀਂ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਦੋ ਚੀਜ਼ਾਂ ਜੱਟ ਮੰਗਦਾ, ਦਾਰੂ ਘਰ ਦੀ, ਬੰਦੂਕ 12 ਬੋਰ ਦੀ। ਸ਼ਾਬਾਸ਼, ਜੱਟ ਬਿਜਲੀ ਮੰਗਦਾ ਹੈ, ਜੱਟ ਆਪਦੀਆਂ ਫਸਲਾਂ ਦੇ ਭਾਅ ਮੰਗਦਾ ਹੈ, ਜੇ ਨਹੀਂ ਦਿੰਦੇ ਤਾਂ ਜੱਟ ਫਿਰ ਫਾਹਾ ਮੰਗਦਾ ਯਾਰ, ਜੱਟ ਸਪਰੇਅ ਮੰਗਦਾ। ਫਿਰ ਤੁਸੀਂ ਕਿਹੜੇ ਜੱਟਾਂ ਦੀ ਗੱਲ ਕਰਦੇ ਹੋ? ਪੰਮੀ ਬਾਈ ਮੇਰੇ ਵਿਰੁੱਧ ਬੋਲ ਰਹੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਇਹ ਛੀਛੀ ਇਹਨਾਂ ਜਥੇਦਾਰਾਂ ਮੂਹਰੇ ਕਰ ਲੈਣ ਜਿਹੜੀ ਕਰਨੀ।